ਵਡਿਆਈ, ਗੁਰੂ ਨਾਨਕ ਕੀ ਵਡਿਆਈ। ਸਗਲੇ ਜੁਗ ਅੰਤਰ, ਸਗਲੇ ਜੁਗ ਅੰਤਰ।
ਕਰੈ ਮਾਣਿਓ ਛਲਿਓ ਬਲਵਾਵਣ ਭਾਇਓ ਤ੍ਰਿਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਪੂਜਨੀ ਗੁਰੂ ਪਿਆਰੀ ਸਤਿਸੰਗ ਜੀ ਤਰਸ ਕੀਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੇਰੇ ਗਰੀਬ ਨਿਵਾਜ ਬਾਬਾ ਜੀ ਨੇ ਤਦ ਤੇ ਆ ਜਿਹੜੀਆਂ ਸ਼ੋਭਨੀ ਘੜੀਆਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਹੁਤਾ ਹੀ ਸਲਾਹਿਆ ਹੈ ਇਹ ਮੁਬਾਰਕ ਘੜੀਆਂ ਪ੍ਰਾਪਤ ਹੋਈਆਂ ਨੇ ਸਤਿਸੰਗ ਦੀਆਂ ਮੇਰੇ ਮਾਧੋ ਜੀ ਸਤਿਸੰਗਤ ਮਿਲੇ ਸੋ ਹਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਨਗਰ ਬੁਚਕਰ ਆਏ ਸਾਲ ਹੀ ਬਾਬਾ ਜੀ ਕਿਰਪਾ ਕਰਦੇ ਨੇ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆਲ ਸਾਹਿਬ ਵਾਲਿਆਂ ਦਾ ਨਿੱਜ ਸਰੂਪ ਮੌਜੂਦਾ ਗਰੀਬ ਨਿਵਾਜ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਇਹਨਾਂ ਦੀ ਸਮੱਤ ਦੇ ਅਨੁਸਾਰ ਆ ਨਗਰ ਬੁਚਕਰ ਇਲਾਕੇ ਦੀ ਸੰਗਤ ਨੂੰ ਜਿਹੜੀ ਇਹ ਪੂਰਨਮਾਸ਼ੀ ਦੀ ਬਖਸ਼ਿਸ਼ ਕੀਤੀ ਹੋਈ ਹੈ ਕਈ ਰੋਜ਼ ਤੋਂ ਸਮਾਗਮ ਦਰਬਾਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਚੱਲਦੇ ਨੇ ਅਤੇ ਅੱਜ ਪਰਸੋਂ ਨੂੰ ਪਾਵਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਖਲੋਆ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਗਮਨ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਮ ਪੂਜਨੀ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਸਾਰਾ ਸੰਸਾਰ ਹੀ ਸਾਧ ਸੰਗਤ ਜੀ ਸਾਲ ਦੇ ਵਿੱਚ ਇੱਕ ਵਾਰ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਨਾਉਂਦਾ ਹੈ ਅਤੇ ਬਾਬਾ ਜੀ ਨੇ ਤਰਸ ਕੀਤਾ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਸਾਲ ਦੀਆਂ 12 ਜਿਹੜੀਆਂ ਪੂਰਨਮਾਸ਼ੀਆਂ 12 ਹੀ ਮਹੀਨਿਆਂ ਦੀ ਇਹ ਜਿਹੜੀ ਬਖਸ਼ੀਸ਼ ਆ ਆਪਣੀ ਸਾਰੀ ਸੰਗਤ ਦੀ ਝੋਲੀ ਬਾਬਾ ਜੀ ਨੇ ਪਾਈ ਹੈ ਗਰੀਬ ਨਿਵਾਜ ਬਾਬਾ ਜੀ ਸਿਆਲ ਸਾਹਿਬ ਵਾਲਿਆਂ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ ਭਾਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਉਂਕਿ ਜੋ ਰਾਈਟਰ ਨੇ ਹਿਸਟੋਰੀਅਨ ਨੇ ਇਤਿਹਾਸਕਾਰ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਗਮਨ ਦੇ ਸੰਬੰਧੀ ਕਈਆਂ ਦੇ ਮਤਭੇਦ ਨੇ ਪਰ ਉਹਨਾਂ ਦੀ ਮੁਬਾਰਕ ਰਸਨਾ ਸਾਧ ਸੰਗਤ ਜੀ ਜਿਨ੍ਹਾਂ ਦੀ ਬਾਬਤ ਗੁਰੂ ਸਾਹਿਬ ਦੇ ਬਚਨ ਨੇ ਭਾਈ ਜਾਕਾ ਕਹਿਆ ਦਰਗਾਹ ਚੱਲੇ ਅਤੇ ਜਿਨ੍ਹਾਂ ਨੂੰ ਧਰਤੀ ਵੀ ਇਉਂ ਦਿਸਦੀ ਆ ਜਿਵੇਂ ਹਥੇਲੀ 'ਤੇ ਔਲਾ ਪਿਆ ਹੋਵੇ ਸਾਧ ਸੰਗਤ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਇਸ ਕਲਯੁਗ ਦੇ ਉਧਾਰ ਵਾਸਤੇ ਸਾਡੇ ਵਰਗਾ ਇਨਸਾਨੀ ਜਾਮਾ ਧਾਰਨ ਕੀਤਾ ਅਤੇ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ ਇਹ ਬ੍ਰਹਿਮੰਡ ਦੇ ਧਰਤੀ ਦੇ ਸਾਧ ਸਾਈ ਦੋ ਪਹਿਰੇਦਾਰ ਨੇ ਦਿਨ ਅਤੇ ਰਾਤ ਦੇ ਇੱਕ ਰਾਤ ਦਾ ਹੈ ਚੰਦਰਮਾ ਦਿਨ ਦਾ ਹੈ ਜਿਹੜਾ ਸੂਰਜ ਹੈ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਮਹਾਰਾਜ ਜੀ ਅਤੇ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਅੰਧਕਾਰ ਨਹੀਂ ਸੀ ਹਨੇਰਾ ਨਹੀਂ ਸੀ ਕਿਉਂਕਿ ਸਤਿਸੰਗਤ ਜੀ ਆ ਹਿੰਦੁਸਤਾਨ ਨੇ ਇਹਦੇ ਉਲਟ ਦੂਸਰੀ ਫੋਰਨ ਕੰਟਰੀਜ਼ ਨੇ ਇੱਕ ਪਾਸੇ ਧਰਤੀ ਦੇ ਦਿਨ ਹੁੰਦੀ ਆ ਦੂਸਰੇ ਪਾਸੇ ਰਾਤ
ਦਿਨ ਅਤੇ ਰਾਤ ਦੇ ਬਾਬਾ ਜੀ ਸਮਤ ਬਖਸ਼ਦੇ ਨੇ ਵੀ ਦਿਨ ਦੇ ਰਾਤ ਦੇ ਦੋਏ ਪਹਿਰੇਦਾਰ, ਜਿੱਥੇ ਰਾਤ ਸੀ ਉੱਥੇ ਸਾਰੀ ਰਾਤ ਦਾ ਪਹਿਰੇਦਾਰ, ਪੂਰੀ ਰਾਤ ਦਾ। ਪੁੰਨਿਆਂ ਦੀ ਰਾਤ ਨੂੰ ਚੰਦਰਮਾ ਸਾਰੀ ਰਾਤ ਪਹਿਰਾ ਦਿੰਦਾ ਹੈ, ਅੰਧੇਰਾ ਨਹੀਂ ਹੁੰਦਾ। ਉੱਥੇ ਚੰਦਰਮਾ ਅਤੇ ਜਿੱਥੇ ਦਿਨ ਸੀ ਸਤ ਸੰਗਤ ਜੀ, ਉੱਥੇ ਸੂਰਜ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਗਮਨ ਪ੍ਰਕਾਸ਼ ਧਾਰਨ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕਰਦੇ, ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਮਹਾਰਾਜ ਜੀ ਨੇ ਜਨਮ ਨਹੀਂ ਧਾਰਨ ਕੀਤਾ, ਪ੍ਰਗਟੇ। ਅਤੇ ਗੁਰੂ ਘਰ ਦੇ ਵੇਦ ਵਿਆਸ ਉਹਨਾਂ ਪਾਸੋਂ ਸਤਿਸਾਈਂ ਜੀ ਪੁੱਛ ਲਈਏ ਕੀ ਗਿਆਨ ਕਰਾਉਂਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਮਹਾਰਾਜ ਜੀ ਪ੍ਰਗਟੇ, ਅਤੇ ਮਹਾਰਾਜ ਜੀ ਦੀ ਦਸਵੀਂ ਜੋਤ ਅਤੇ ਦੂਸਰੇ ਪ੍ਰਗਟੇ। ਬਹਿ ਪ੍ਰਗਟੇ ਉਹ ਮਰਦ ਅਗੰਮੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਤੀਸਰੀ ਸਤਿਸੰਗਤ ਜੀ, ਮਹਾਰਾਜ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੇ ਉਹ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਭਾਈ ਇਹ ਵੀ ਪ੍ਰਗਟ ਹੋ ਗਿਆ, ਜਿਹੜਾ ਪ੍ਰਗਟ ਹੁੰਦਾ ਉਹ ਕਦੇ ਖਤਮ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਅਗਲੀ ਸਤਿਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੇਂ ਗੁਰੂ ਨਾਨਕ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੀ ਉਹੀ ਜੋਤ, ਜਿਹੜੇ ਪਹਿਲੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਦੂਜਿਆਂ ਅੰਦਰ, ਦੂਜਿਆਂ ਤੋਂ ਤੀਜੇ, ਦਸਵਿਆਂ ਤੱਕ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰੱਖ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ ਹਜ਼ੂਰ ਸਾਹਿਬ ਦੀ ਧਰਤੀ 'ਤੇ। ਸਤਿਸੰਗਤ ਜੀ, ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਮਹਾਰਾਜ ਜੀ ਨੇ ਸਤਿਸੰਗਤ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਪ੍ਰਗਟ, ਅਤੇ ਉਹੀ ਮਰਿਆਦਾ ਨੂੰ ਸੁਰਜੀਤ ਕਰਨ ਦੇ ਲਈ ਸਤਿਸੰਗਤ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨਾਨਕਸਰ ਕਲੀਰਾਂ ਵਾਲ। ਆਹ ਇਲਾਕਾ ਹੀ ਨਹੀਂ ਸਤਿਸੰਗਤ ਜੀ, ਆਹ ਇਲਾਕਾ ਹੈ ਜਿੱਥੇ ਬਾਬਾ ਜੀ ਦੇ ਆ ਜਰੇ ਜਰੇ ਦੇ ਉੱਤੇ ਉਹ ਪਾਵਨ ਪਵਿੱਤਰ ਜਿਹੜੇ ਚਰਨ ਨੇ ਟਿਕੇ ਹੋਏ ਨੇ। ਸਤਿਸਾਂ ਜੀ, ਪੁਰਾਣੇ ਸੰਗੀਆਂ ਤੋਂ ਸੁਣਿਆ ਵੀ ਇਸ ਨਗਰ ਦੇ ਵਿੱਚ ਵੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ ਹੋਏ, ਕਥਾ ਕੀਰਤਨ ਦੇ ਪ੍ਰਵਾਹ ਵੀ ਚੱਲੇ। ਤਾਂ ਤਾਂ ਮਹਾਂਪੁਰਖ ਆਉਂਦੇ ਹੀ ਪਰ ਉਪਕਾਰ ਕਰਨ ਵਾਸਤੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਜਿੱਤੇ ਰੰਧਾਵੇ ਦੇ ਨਾਲ ਵਾਰਤਾਲਾਪ ਹੋ ਰਹੀ ਹੈ। ਮਹਾਰਾਜ ਜੀ ਦੇ ਅੱਜ ਬਹੁਤੇ ਪ੍ਰੇਮ ਦੇ ਵਿੱਚ ਬੈਠੇ ਨੇ। ਜਿੱਤਿਆ ਕੋਈ ਮਨ ਦੇ ਵਿੱਚ ਸਵਾਲ ਲੱਗਦਾ, ਮਹਾਰਾਜ ਜਾਣੀ ਜਾਣ ਪਾਤਸ਼ਾਹ ਆਪ ਜਾਣਦੇ ਹੋ, ਕਹਿੰਦੇ ਨਾ ਮਨ ਵਿੱਚ ਨਾ ਰਹਿ, ਪੁੱਛ ਦੱਸ। ਕਹਿੰਦੇ ਮਹਾਰਾਜ ਜੀ ਮਨ ਕਰਦਾ ਚਿੱਤ ਕਰਦਾ ਇਵੇਂ ਹੀ ਆਪ ਜੀ ਦੇ ਦਿਦਾਰੇ ਕਰਦੇ ਰਹੀਏ। ਪਰ ਮਹਾਰਾਜ ਜੀ ਪੀਰ ਪੈਗੰਬਰ ਔਲੀਏ ਇਹ ਨਾਸਵਾਨ ਹੈ ਸਰੀਰ, ਆਪਣੇ ਸਮੇਂ ਨਾ ਜਾਣਾ, ਮਹਾਰਾਜ ਕਿੰਨਾ ਸਮਾਂ ਸੰਸਾਰ ਨੂੰ ਤਾਰੋਗੇ। ਕਹਿੰਦੇ ਜਿੱਤਿਆ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਬਚਨ, ਕਹਿੰਦੇ ਜਿੱਤਿਆ ਜੇ ਕੋਈ ਕਲਮ ਹੈ ਲਿਖ ਲਾ ਸ਼ੰਕਾ ਨਾ ਰਹਿ ਜਾਵੇ। ਕਹਿੰਦੇ ਦਸ ਜਾਮੇ ਸਤਿਸੰਗ ਜੀ ਗੁਰੂ ਸਰੂਪ ਆਵਾਂਗੇ, ਦਸ ਜਾਮੇ ਧਾਰਨ ਕਰਾਂਗੇ ਇਸ ਕਲਯੁਗ ਦੇ ਕਲਿਆਣ ਵਾਸਤੇ। ਸੁਣ ਰਹੇ ਆ, ਕਹਿੰਦੇ ਫਿਰ ਦਸਵੇਂ ਜਾਮੇ ਆਪਣੀ ਜਿਹੜੀ ਕਲਾ ਸਤਿਸੰਗ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰੱਖ ਦਿਆਂਗੇ।
ਅਤੇ ਫਿਰ ਸੰਸਾਰ ਦੇ ਵਿੱਚ 74 ਜਾਮੇ ਆਵਾਂਗੇ ਮਹਾਂਪੁਰਖਾਂ ਦੇ ਰੂਪ ਦੇ ਵਿੱਚ। ਆਖੋ ਸਤਨਾਮ ਸਤਿਸੰਗ ਜੀ। ਉਹ ਸਾਡੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਜਿਹੜੀ ਬਾਣੀ ਹੈ ਨਾ, ਬਾਣੀ ਗੁਰੂ ਗੁਰੂ ਹੈ ਬਾਣੀ, ਉਹ ਮਰਿਆਦਾ ਨੂੰ ਸੁਰਜੀਤ ਕਰਨਗੇ। ਮਹਾਰਾਜ ਜੀ ਪਤਾ ਕਿਵੇਂ ਲੱਗੂ? ਕਹਿੰਦੇ ਜਿਹੜੇ ਸਾਡੇ ਹੋਣਗੇ ਨਾ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪਿਆ ਕਰੂ, ਉਹਨਾਂ ਦਾ ਮਨ ਟਿਕ ਜਾਇਆ ਕਰੂ, ਉਹਨਾਂ ਦੀ ਸ਼ਰਧਾ ਬਣ ਜਾਇਆ ਕਰੂ। ਸਤਿਸੰਗਤ ਜੀ, ਅਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਇਹ ਉਹੀ ਮਰਿਆਦਾ ਸੁਰਜੀਤ ਕੀਤੀ ਸਤਿਸੰਗਤ ਜੀ, ਅਤੇ ਇਹ ਮਹਾਂਪੁਰਖ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਵਾਸਤੇ, ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕੀਆਂ, ਉਹ ਜਵਿੰਦੇ ਵਿਛੜੇ ਉਹ ਮੋਇਆਂ ਨਾ ਜਾਈ ਛੋੜ। ਸਤਿਸੰਗਤ ਜੀ, ਬਿਰਥਾ ਜਾਂਦਾ ਨਾ ਮਿਲਾਪ ਪੂਰੇ ਸੰਤਾਂ ਦਾ, ਸੱਚ ਹੈ ਪਾਵਨ ਗੁਰਬਾਣੀ ਦੇ ਬਚਨ ਨੇ, ਕਰ ਲੋ ਵੱਡੇ ਭਾਗਾਂ ਵਾਲਿਓ। ਬਿਰਥਾ ਜਾਂਦਾ ਨਾ ਮਿਲਾਪ ਪੂਰੇ ਸੰਤਾਂ ਦਾ, ਕਰ ਲੋ ਵੱਡੇ ਭਾਗਾਂ।
ਸਾਰੇ ਬਚਨ ਨੇ ਸਾਧ ਸੰਗ ਜੀ ਪੁਰਾਣੇ ਸੰਗੀਆਂ ਤੋਂ ਇਹ ਸੁਣਿਆ ਹੋਇਆ ਬਚਨ ਆ ਨਗਰ ਦੇ ਭਾਗ ਜਾਗੇ ਸਾਧ ਸੰਗ ਜੀ ਤਕਰੀਬਨ 1950 ਦੀ ਗੱਲ ਹੈ ਲਗਭਗ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨਾਨਕ ਸਰ ਕਲੇਰਾਂ ਵਾਲੇ ਆਪਸ ਵਿੱਚ ਪਰਸਪਰ ਬਹੁਤਾ ਪ੍ਰੇਮ ਸਾਧ ਸੰਗ ਜੀ ਬਾਬਾ ਜੀ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਅਕਸਰ ਹੀ ਸਾਧ ਸੰਗ ਜੀ ਇਹ ਬਚਨ ਸੁਣਿਆ ਹੋਇਆ ਸਾਧ ਸੰਗ ਜੀ ਬਾਬਾ ਜੀ ਮੇਰੇ ਵੀਰ ਵੀ ਅਤੇ ਮੇਰੇ ਪੀਰ ਵੀ ਜਦੋਂ ਜਾਣਾ ਨਾ ਉੱਥੇ ਕਲੇਰਾਂ ਵੀ ਅਤੇ ਬਾਬਾ ਜੀ ਤੋਂ ਪਿਛਾਂ ਹੋ ਕੇ ਖੱਬੇ ਪਾਸੇ ਬੈਠਣਾ ਅਦਬ ਸਤਿਕਾਰ ਕਰਨ ਇੱਕ ਵਾਰ ਨਾਨਕ ਸਰ ਕਲੇਰਾਂ ਗਏ ਅਤੇ ਕੀਰਤਨ ਹੋ ਰਿਹਾ ਸਾਧ ਸੰਗ ਜੀ ਬਾਬਾ ਕੇਰ ਸਿੰਘ ਜੀ ਕੀਰਤਨ ਕਰ ਰਹੇ ਨੇ ਸ਼ਬਦ ਪੜ੍ਹਿਆ ਜਾ ਰਿਹਾ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜ ਸਾਧ ਸੰਗਤ ਜੀ ਬਾਬਾ ਜੀ ਸਿਆੜ ਸਾਹਿਬ ਵਾਲੇ ਪਿੱਛੇ ਬੈਠੇ ਨੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਖੱਬੇ ਪਾਸੇ ਅਤੇ ਇਹ ਜਦੋਂ ਸ਼ਬਦ ਪੜ੍ਹਿਆ ਗਿਆ ਨਾ ਰਤਨ ਸਿੰਘ ਨੇੜੇ ਬੈਠਾ ਸੀ ਬਾਬਾ ਜੀ ਨੇ ਮੁਖਾਤਬ ਕਰਕੇ ਆਖਿਆ ਰਤਨ ਕਹਿੰਦੇ ਰਤਨ ਸਿੰਘ ਰਾਗੀ ਸਿੰਘ ਕੀ ਕਹਿ ਰਹੇ ਨੇ ਕੀ ਪੜ੍ਹ ਰਹੇ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਕਹਿੰਦੇ ਮੈਂ ਪੁੱਛਿਆ ਵੀ ਰਾਗੀ ਸਿੰਘ ਕੀ ਪੜ੍ਹ ਰਹੇ ਨੇ ਸਤਿ ਸੰਗਤ ਜੀ ਕਹਿੰਦੇ ਮਹਾਰਾਜ ਸਿਆੜ ਸਾਹਿਬ ਵਾਲੇ ਬੈਠੇ ਨੇ ਬਾਬਾ ਜੀ ਵੱਲ ਨੂੰ ਮੁਖਾਤਬ ਕਰਕੇ ਰਤਨ ਸਿੰਘ ਨੇ ਆਖਿਆ ਕਹਿੰਦੇ ਮਹਾਰਾਜ ਤੁਸੀਂ ਇਹਨਾਂ ਨੂੰ ਪੁੱਛ ਲਓ ਕਹਿੰਦੇ ਰਤਨ ਸਿੰਘ ਮੈਂ ਤੈਨੂੰ ਪੁੱਛਿਆ ਵੀ ਪੜ੍ਹ ਕੀ ਰਹੇ ਨੇ ਪੜ੍ਹਿਆ ਜਾ ਰਿਹਾ ਸੀ ਸ਼ਬਦ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਕਹਿੰਦੇ ਮਹਾਰਾਜ ਮੈਂ ਕੀ ਦੱਸਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਕਹਿੰਦੇ ਰਤਨ ਸਿੰਘ ਸਤਿ ਸੰਗਤ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਖਣ ਲੱਗੇ ਕਹਿੰਦੇ ਅਸੀਂ ਤਾਂ ਇੱਕੋ ਹੀ ਖੁਰਲੀ ਦੇ ਦੋ ਬੱਚੇ ਹਾਂ ਕਹਿੰਦੇ ਜਿਸ ਮੁਰਸ਼ਦ ਦੇ ਚਰਨਾਂ ਵਿੱਚ ਢਹਿ ਪਏ ਮੁੜ ਕੇ ਸਿਰ ਚੁੱਕਿਆ ਹੀ ਨਹੀਂ ਆਖੋ ਸਤਨਾਮ ਕਹਿੰਦੇ ਤੂੰ ਦੱਸ ਆਪਣੀ ਵਿਦਵਤਾ ਦੇ ਨਾਲ ਵੀ ਇਹ ਕੀ ਪੜ੍ਹ ਰਹੇ ਨੇ ਸਤਿ ਸੰਗਤ ਜੀ ਅਤੇ ਭਾਈ ਰਤਨ ਸਿੰਘ ਜੀ ਹੱਥ ਜੋੜੇ ਕਹਿੰਦੇ ਮਹਾਰਾਜ ਇੱਥੇ ਵਿਦਵਤਾ ਦੀ ਗੱਲ ਨਹੀਂ ਇਹ ਤਾਂ ਆਤਮਿਕ ਮੰਡਲਾਂ ਦੀਆਂ ਗੱਲਾਂ ਬਾਤਾਂ ਨੇ ਇਹ ਮਹਾਰਾਜ ਆਪ ਜੀ ਦੋਵਾਂ ਦੇ ਉੱਤੇ ਢੁੱਕਦੀਆਂ ਨੇ ਆਖੋ ਸਤਨਾਮ ਸਤਿ ਸੰਗਤ ਜੀ ਬਾਬਾ ਜੀ 1950 ਦੇ ਕਰੀਬ ਇੱਥੇ ਬਾਬਾ ਜੀ ਸਤਿ ਸੰਗਤ ਜੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਇੱਥੇ ਬੁਚਕਰ ਆਏ ਪੁਰਾਣੇ ਸੰਗੀਆਂ ਤੋਂ ਹੀ ਇਵੇਂ ਸੁਣਿਆ ਕਹਿੰਦੇ ਸੰਗਤ ਨੇ ਦਿਦਾਰੇ ਕੀਤੇ ਪ੍ਰਵਾਹ ਵੀ ਚੱਲਿਆ ਹਰੀ ਜਸ ਕੀਰਤਨ ਅਤੇ ਬਾਬਾ ਜੀ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਖਣ ਲੱਗੇ ਕਹਿੰਦੇ ਭਾਈ ਇਹ ਤਾਂ ਸਿਆੜ ਵਾਲੇ ਸਤਿਪੁਰਖਾਂ ਦੀ ਸੰਗਤ ਆਖੋ ਸਤਨਾਮ ਕਹਿੰਦੇ ਇਹ ਉਹਨਾਂ ਦੀ ਸੰਗਤ ਹੈ ਤਕਰੀਬਨ ਦੱਸਦੇ ਆ ਵੀ 2-3 ਸਾਲ ਬਾਅਦ ਜਦੋਂ ਬਾਬਾ ਜੀ ਆਏ ਨਾ ਇੱਥੇ ਪਹਿਲੀ ਵਾਰੀ ਬਾਬਾ ਜੀ ਸਿਆੜ ਸਾਹਿਬ ਵਾਲੇ ਸਤਿ ਸੰਗਤ ਜੀ ਪੁਰਾਣੇ ਸੰਗੀ ਜਾਣਦੇ ਅਤੇ ਆਏ ਬੜਾ ਅਦਬ ਸਤਿਕਾਰ ਜੀ ਆਇਆ ਬਚਨ ਉਚਾਰ ਰਹੇ ਨੇ ਉੱਚੀ ਜੀ ਥਾਂ 'ਤੇ ਬੈਠ ਗਏ ਸਾਧ ਸੰਗਤ ਦੀ ਕੁਛ ਸੰਗਤ ਬੈਠੀ ਹੈ ਸਰਵਣ ਕਰ ਰਹੀ ਹੈ ਅਤੇ ਸੰਗਤ ਦੇ ਵਿੱਚ ਅਚਾਨਕ ਹੀ ਸੱਪ ਆ ਗਿਆ ਉਹ ਬਾਬਾ ਅੱਗੇ ਨੂੰ ਆ ਰਿਹਾ ਅਤੇ ਕਈ ਪਿਆਰ ਵਾਲੇ ਆਖ ਰਹੇ ਨੇ ਬਾਬਾ ਜੀ ਕਹਿੰਦੇ ਮਹਾਰਾਜ ਜੀ ਵੀ ਇੱਦਾਂ ਕਰਕੇ ਵੀ ਇਹ ਤਾਂ ਜ਼ਹਿਰੀਲਾ ਜਿਹੜਾ ਹੈ ਧਰਤੀ ਦਾ ਜੀਵ ਆ ਮਹਾਰਾਜ ਆਪਣਾ ਬਚਾਅ ਕਰਨਾ ਆਪ ਹੀ ਚੰਗਾ ਬਾਬਾ ਜੀ ਨੂੰ ਵੀ ਇਸ਼ਾਰਾ ਕਰ ਰਹੇ ਨੇ ਮਹਾਰਾਜ ਵੀ ਉੱਠ ਖਲੋ ਕਹਿੰਦੇ ਨਹੀਂ ਭਾਈ ਬੈਠੇ ਰਹੋ ਨੇੜੇ ਨੂੰ ਆ ਗਿਆ ਅਤੇ ਬਾਬਾ ਜੀ ਨੇ ਜਦੋਂ ਨੇੜੇ ਆ ਗਿਆ ਨਾ ਆਪਣੀ ਮਿਹਰ ਭੜੀ ਨਦਰ ਉਸ ਸੱਪ ਦੇ ਉੱਤੇ ਪਾਈ ਫਣ ਖਿਲਾਰਿਆ ਹੋਇਆ ਬਾਬਾ ਜੀ ਨੇ ਪਤਾ ਕੀ ਆਖਿਆ ਸਤਿ ਸੰਗਤ ਜੀ
ਕਹਿੰਦੇ ਆ ਮੱਲਾ ਕਿਵੇਂ ਆਉਣਾ ਹੋਇਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤ ਸੰਗਤ ਜੀ, ਇਕੱਲੀ ਇਹੀ ਗੱਲ ਨਹੀਂ ਵੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾ। ਸਾਧ ਸੰਗਤ ਜੀ, ਚਾਰੇ ਪਦਾਰਥ ਤਾਂ ਮਿਲਦੇ ਹੀ ਨਹੀਂ। ਜੇ ਕੋ ਜਨ ਮਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਨਾਨਕ ਕੱਚੜੀਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ। ਉਹ ਜਵਿੰਦੇ ਵਿਛੜੇ ਉਹ ਮੋਇਆ ਨਾ ਜੋਈ ਛੋੜ ਛੱਡਦੇ ਨਹੀਂ। ਸਾਧ ਸੰਗਤ ਜੀ, ਬਾਬਾ ਜੀ ਐਂ ਸਾਹਮਣੇ ਸਾਧ ਸੰਗਤ ਜੀ ਉੱਥੇ ਹੀ ਸ਼ਾਂਤ ਹੋ ਗਿਆ। ਬਾਬਾ ਜੀ ਨੇ ਆਪਣੇ ਗਲ ਦਾ ਹਜੂਰੀਆ ਲਾ ਕੇ ਸੇਵਾਦਾਰ ਨੂੰ ਕਿਹਾ, ਕਹਿੰਦੇ ਟੋਆ ਪੁੱਟ ਕੇ ਆਹ ਹਜੂਰੀਆ ਦੇ ਉੱਤੇ ਪਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਹੁਣ ਉਹ ਜਾਣਦੇ ਨੇ ਭਾਈ, ਉਹ ਜਵਿੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਸਾਧ ਸੰਗਤ ਜੀ, ਉਹ ਤਾਂ ਸੱਚੀ ਦਰਗਾਹ ਦੇ ਇੱਥੇ ਵੀ ਉੱਥੇ ਵੀ ਬਾਬਾ ਜੀ। ਸਾਧ ਸੰਗਤ ਜੀ, ਸਾਰੀ ਸੰਗਤ ਜਾਣਦੀ ਹੈ ਪੂਰਨਮਾਸ਼ੀ ਨੂੰ ਇਹ ਬਾਹਾਂ ਖੜੀਆਂ ਕਰਕੇ ਸਾਧ ਪ੍ਰਣ ਕਰਵਾਇਆ ਕਰਦੇ। ਸਾਧ ਸੰਗਤ ਜੀ, ਗੁਰੂ ਨਾਨਕ ਦੇ ਦਰਬਾਰ ਬੈਠੇ ਹਾਂ, ਬਾਹਾਂ ਖੜੀਆਂ ਕਰਕੇ ਦਰਗਾਹੀ ਪ੍ਰਸ਼ਾਦ ਬਾਬਾ ਜੀ ਨੇ ਵਰਤਾਇਆ ਸੰਗਤ ਵਿੱਚ ਮੂਲ ਮੰਤਰ ਇੱਕ ਓਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ। ਭਾਈ, ਬਾਹਾਂ ਖੜੀਆਂ ਕਰਕੇ ਗੁਰੂ ਨਾਨਕ ਨੂੰ ਬਾਹਾਂ ਫੜਾ ਦਿਓ, ਵਾਅਦਾ ਕਰੋ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ, ਅਸੀਂ ਛੇ ਮਾਲਾ ਮੂਲ ਮੰਤਰ ਦੀਆਂ ਨਹੀਂ ਛੱਡਾਂਗੇ। ਕਹਿੰਦੇ ਅਸੀਂ ਤੁਹਾਡੇ ਜਾਮਨ ਬੈਠੇ ਹਾਂ, ਗੁਰੂ ਨਾਨਕ ਤੁਹਾਡੀ ਬਾਂਹ ਨਹੀਂ ਛੱਡਾਂਗੇ। ਕੌਣ ਕਹਿ ਸਕਦਾ? ਜਾ ਕਾ ਕਹਿਆ ਦਰਗਾਹ ਚੱਲੈ ਸੰਸਾਰ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਰ ਇਹ ਭਾਈ ਸੱਚ ਹੈ ਕਿਹੜੀ? ਸਾਡੀ ਮੰਨੇ ਨਾ ਜਗਤ ਵਿੱਚ ਕੋਈ, ਸਾਧੂਆਂ ਦੀ ਰੱਬ ਮੰਨਦਾ ਸਾਡੀ ਮੰਨੇ
ਪਵਿੱਤਰ ਗੁਰਬਾਣੀ ਦਾ ਫਰਮਾਨ ਆਓ ਸਤਿਸੰਗ ਦੀ ਸਮਾਪਤੀ ਕਰੀਏ। ਬਾਬਾ ਜੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ 1943 ਦੀਆਂ 4 ਕਿ 5 ਪੂਰਨਮਾਸ਼ੀਆਂ ਬਾਬਾ ਜੀ ਨੇ ਦੇਹਰਾਦੂਨ ਪਾਉਂਦਾ ਸਾਹਿਬ ਮਨਾਈਆਂ। ਪੂਰਨਮਾਸ਼ੀ ਦਾ ਸਮਾਗਮ ਆ ਸਤਿਸੰਗ ਜੀ, ਬਾਬਾ ਜੀ ਸਾਰੀ ਸੰਗਤ ਜਾਣਦੀ ਹੈ 1933 ਤੋਂ 1943 ਤੱਕ ਜਿੱਥੇ ਵੀ ਮੁਰਸ਼ਦ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੀ ਸੋਭਾ ਸੁਣਦੇ ਸਤਿਸਾਈ ਉੱਥੇ ਹੀ ਸਾਈਕਲ 'ਤੇ ਹੀ ਜਾਂਦੇ ਉੱਥੇ ਹੀ, ਅਤੇ ਉੱਥੇ ਜਦੋਂ ਬਾਬਾ ਜੀ ਪਾਉਂਦਾ ਸਾਹਿਬ ਨੇ ਪੂਰਨਮਾਸ਼ੀ ਦਾ ਸਮਾਗਮ ਉੱਥੇ ਰਚਿਆ ਹੋਇਆ। ਬਾਬਾ ਜੀ ਆਪਣੇ ਘਰ ਦੇ ਸਤਿਸੰਗ ਜੀ ਦਰੱਖਤ ਦੀ ਇੱਕ ਵਧੀਆ ਸੋਟੀ ਘੜ ਕੇ, ਜਿਹਨੂੰ ਖੁੰਡੀ ਕਹਿ ਦਿੰਦੇ ਹਾਂ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਹੱਥ ਦੇ ਵਿੱਚ ਖੁੰਡਾ ਰੱਖਦੇ ਸੀ, ਵਧੀਆ ਸੋਹਣੀ ਆਪਣੇ ਹੱਥਾਂ ਦੇ ਨਾਲ ਉਹ ਦਰੱਖਤ ਦੀ ਸੋਟੀ ਕੜੀ ਆਪਣੇ ਮੁਰਸ਼ਦ ਦੇ ਲਈ ਲੈ ਗਏ। ਸਤਿਸੰਗ ਜੀ ਬਾਬਾ ਜੀ ਅਭਿਆਸ ਕਰਦੇ ਪਹੁੰਚ ਗਏ ਨਾਲ, ਸਿਆੜ ਸਾਹਿਬ ਨਗਰ ਦੀ ਸੰਗਤ ਹੈ, ਗਏ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਵਿਰਾਜੇ ਹੋਏ ਨੇ, ਅਤੇ ਆਪਣੇ ਮੁਰਸ਼ਦ ਨੂੰ ਸਤਿਸੰਗ ਜੀ ਉਹ ਆਪਣੇ ਹੱਥਾਂ ਦੇ ਨਾਲ ਉਹ ਘੜੀ ਹੋਈ ਜਿਹੜੀ ਸੋਟੀ ਖੁੰਡੀ ਕਹਿ ਦਈਏ ਪੇਸ਼ ਕੀਤੀ, ਭੇਟ ਕੀਤੀ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਸਤਿਸੰਗ ਜੀ ਉਹ ਖੁੰਡੀ ਸੋਟੀ ਨੂੰ ਪਕੜਿਆ, ਹੱਥ ਨਾਲ ਦੇਖ ਰਹੇ ਨੇ ਬੜੇ ਗੌਹ ਦੇ ਨਾਲ, ਅਤੇ ਬਾਬਾ ਜੀ ਨੂੰ ਮੁਖਾਤਬ ਕਰਕੇ ਪੁੱਛ ਰਹੇ ਨੇ, ਕਹਿੰਦੇ ਸੋਟੀ ਕਾਹਦੀ ਆ? ਹੱਥ ਜੋੜੇ ਅਧੀਨਗੇ ਦੇ ਨਾਲ ਸਤਿਸੰਗ ਜੀ ਨਿਮਰਤਾ ਦੇ ਵਿੱਚ ਕਹਿੰਦੇ ਮਹਾਰਾਜ ਘਰ ਦੀ ਆ, ਕਹਿਣ ਤੋਂ ਭਾਵ ਘਰ ਦੇ ਦਰੱਖਤ ਤੋਂ ਘੜੀ ਹੋਈ ਆ। ਫਿਰ ਬਾਬਾ ਜੀ ਨੇ ਪੁੱਛਿਆ, ਕਹਿੰਦੇ ਸੋਟੀ ਕਾਹਦੀ? ਦੋ ਤਿੰਨ ਵਾਰੀ ਇਸੇ ਤਰ੍ਹਾਂ ਮਹਾਰਾਜ ਆਪ ਜੀ ਦੀ ਕਿਰਪਾ ਦਾ ਸਦਕਾ ਇਹ ਸੇਵਾ ਵਿੱਚ ਲੈ ਕੇ ਆਉਂਦੀ ਹੈ, ਘਰ ਦੇ ਦਰੱਖਤ ਦੀ ਘੜੀ ਹੋਈ ਹੈ, ਸੰਗਤ ਇਉਂ ਬੈਠੀ ਹੈ। ਬਾਬਾ ਜੀ ਨੇ ਸਤਿਸੰਗ ਜੀ ਗਰੀਬ ਨਵਾਜ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦਾ ਐਂ ਹੱਥ ਫੜ ਕੇ ਸੰਗਤ ਨੂੰ ਮੁਖਾਤਬ ਕਰਕੇ ਆਖਿਆ, ਕਹਿੰਦੇ ਭਾਈ ਆਹ ਸਿਆੜ ਵਾਲਿਆਂ ਨੇ ਕਹਿੰਦੇ ਮੈਨੂੰ ਆਹ ਸੋਟੀ ਨਹੀਂ ਫੜਾਈ, ਕਹਿੰਦੇ ਇਹਨਾਂ ਨੇ ਆਪਣੀ ਬਾਂਹ ਫੜਾਤੀ। ਆਖੋ ਸਤਨਾਮ ਸਤਿਸੰਗਤ ਜੀ। ਪੂਰਨਮਾਸ਼ੀ ਦਾ ਸਮਾਗਮ ਹੋਇਆ, ਦੂਸਰੇ ਦਿਨ ਸੰਗਤ ਆ ਜਿਹੜੀ ਉਹ ਸਵੇਰ ਨੂੰ ਬਾਬਾ ਜੀ ਨੇ ਪ੍ਰਸੰਨਤਾ ਦੇ ਦਿੱਤੀ ਚਲੇ ਗਈ, ਅਤੇ ਸਤਿਸੰਗ ਜੀ ਨਿਕਟ ਵਰਤੀ ਸੇਵਾਦਾਰਾਂ ਨੂੰ ਆਖਿਆ, ਕਹਿੰਦੇ ਸਿਆੜ ਵਾਲੀ ਸੰਗਤ? ਕਹਿੰਦੇ ਮਹਾਰਾਜ ਵੀ ਉਹ ਤਾਂ ਚਲੇ ਗਏ, ਸਾਈਕਲ 'ਤੇ ਹੀ ਸੀ। ਕਹਿੰਦੇ ਜਾਓ ਬੁਲਾਓ ਉਹਨਾਂ ਨੂੰ, ਤਾਂ ਹਲੇ ਖੁਸ਼ੀਆਂ ਪ੍ਰਸੰਨਤਾ ਦਿੱਤੀ ਨਹੀਂ, ਹਲੇ ਉਹਨਾਂ ਨੂੰ ਛੁੱਟੀਆਂ ਨਹੀਂ, ਬਾਕੀਆਂ ਨੂੰ ਮਿਲ ਗਈਆਂ। ਗਏ ਪਿੱਛੇ ਹਲੇ ਥੋੜ੍ਹੀ ਦੂਰ ਟਿੱਬਿਆਂ 'ਤੇ ਗਏ ਸੀ, ਅੱਜ ਵੀ ਸੰਗਤ ਜਾਂਦੀ ਹੈ, ਪਤਾ ਅੱਜ ਵੀ ਉੱਥੇ ਜੰਗਲ ਹੈ। ਉਸ ਸਮੇਂ ਤਾਂ 40 ਦੇ ਦਹਾਕੇ ਤਾਂ ਸੱਦਿਆ, ਕਹਿੰਦੇ ਬਾਬਾ ਜੀ ਨੇ ਬੁਲਾਇਆ, ਬਾਬਾ ਜੀ ਦਾ ਨਾਮ ਸਿਆੜ ਸਾਹਿਬ ਵਾਲਿਆਂ ਦਾ ਲੈ ਕੇ, ਕਹਿੰਦੇ ਕੌਣ ਨੇ ਉਹਨਾਂ ਨੂੰ ਬੁਲਾਇਆ? ਪਹੁੰਚ ਗਏ, ਕਹਿੰਦੇ ਤੁਹਾਨੂੰ ਤਾਂ ਹਲੇ ਛੁੱਟੀਆਂ ਨਹੀਂ ਸੀ ਦਿੱਤੀਆਂ, ਤੁਸੀਂ ਚਲੇ ਗਏ। ਬਾਬਾ ਜੀ ਨੇ ਪ੍ਰਸੰਨਤਾ ਦੇ ਦਿੱਤੀ ਸੀ, ਹੱਥ ਜੋੜੇ ਅੱਤ ਦੀ ਨਿਮਰਤਾ ਦੇ ਵਿੱਚ ਉੱਤਰ ਦਿੱਤਾ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੂੰ। ਕਹਿੰਦੇ ਪਾਤਸ਼ਾਹ ਉਹ ਭੁੱਲ ਹੋ ਗਈ? ਮਹਾਰਾਜ ਹੁਕਮ, ਕਹਿੰਦੇ ਇੱਥੇ ਸਾਡੇ ਆਸਣ ਦੇ ਉੱਤੇ ਵਾੜ ਕਰਨੀ ਆ। ਧੰਨ ਬਾਬਾ, ਕਹਿੰਦੇ ਮਹਾਰਾਜ ਸਤਿਵਚਨ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਹੱਥ ਦੇ ਵਿੱਚ ਸੋਟੀ ਫੜੀ, ਉਹਦੀ ਚੋਭ ਦੇ ਨਾਲ ਐਂ ਨਿਸ਼ਾਨੀ ਲਾਉਂਦੇ ਚਲੇ ਗਏ। ਟਾਹਲੀ ਦਾ ਦਰੱਖਤ ਦੱਸਦੇ ਨੇ ਜਿੱਥੇ ਆਸਣ ਲਾਇਆ ਹੋਇਆ ਸੀ, ਕਹਿੰਦੇ ਕਰੀਰ ਦੀ ਵਾੜ ਕਰਨੀ ਆ, ਅਤੇ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨੂੰ ਪੁੱਟਦੇ ਗਏ, ਨਾਲ ਜਿਹੜੇ ਸਿਆੜ ਦੇ ਸੰਗੀ ਸੀ ਸੰਗਤ ਸੀ ਉਹ ਵਾੜ ਕਰਦੇ ਗਏ, ਸ਼ਾਮ ਤੱਕ ਚੋਖੀ ਵਾੜ ਹੋ ਗਈ। ਬਾਬਾ ਆਨੰਦ ਸਿੰਘ ਮਹਾਰਾਜ ਬੜੇ ਪ੍ਰਸੰਨ ਹੋਏ, ਸਤਿਸੰਗ ਜੀ ਬਹੁਤ ਖੁਸ਼ੀਆਂ ਦਿੱਤੀਆਂ, ਅਤੇ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਆਖਣ ਲੱਗੇ, ਕਹਿੰਦੇ ਮੰਗੋ ਕੀ ਦਈਏ? ਕਹਿੰਦੇ ਮਹਾਰਾਜ ਮੰਗੀਏ ਕੀ, ਜੇ ਮੰਗ ਲਿਆ ਫਿਰ ਤਾਂ ਅੱਡ ਹੋ ਗਏ, ਮੰਗਣਾ ਨਹੀਂ।
ਮੰਗਣਾ ਨਹੀਂ ਮਹਾਰਾਜ। ਅਤੇ ਬਾਬਾ ਜੀ ਨੇ ਬਚਨ ਫਿਰ ਤਿੰਨ ਵਾਰੀ ਆਖਿਆ, ਧੰਨ ਬਾਬਾ ਨੰਦ ਸਿੰਘ ਮਹਾਰਾਜ। ਕਹਿੰਦੇ ਸਿਆੜ ਦੀ ਵਾੜ ਹਰੀ, ਸਿਆੜ ਦੀ ਵਾੜ ਹਰੀ, ਸਿਆੜ ਦੀ ਵਾੜ ਹਰੀ। ਕਹਿੰਦੇ ਨਾਮ ਮੀਹਾਂ ਸਿੰਘ ਰਖਾ ਕੇ ਕਿਤੇ ਨਗਰ ਵਿੱਚ ਹੀ ਨਾ ਮੇਰਾ ਦਾ ਮੀਂਹ ਪਾਉਂਦਾ ਰਹੀ। ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਆਖਿਆ, ਕਹਿੰਦੇ ਤੈਂ ਸਾਰੀ ਦੁਨੀਆਂ ਵਿੱਚ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਜਾਣਾ, ਨਾਮ ਰਹਿਮਤਾਂ ਦਾ ਮੀਂਹ ਸਾਰੇ ਸੰਸਾਰ ਦੇ ਵਿੱਚ ਹੀ ਸਾਧ ਸੰਗ ਜੀ ਤੈਂ ਪਾਉਣਾ। ਆਓ ਐਸੇ ਵਰਦਾਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ, ਸਾਰੇ ਜੱਗ ਵਿੱਚ ਨਾਮ ਜਪਾਈ ਧੰਨ ਗੁਰੂ ਨਾਨਕ ਦਾ, ਜੱਗ ਵਿੱਚ ਨਾਮ ਜਪਾਈ ਧੰਨ ਗੁਰੂ ਨਾਨਕ ਦਾ। ਭਾਗ ਠੜੇ ਹਰ ਸੰਤ ਤੁਮਾਰੇ ਦਿਨ ਘਰ ਧੰਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ ਸਫਲ ਤਿੰਨਾ ਕੇ ਕਾਮਾ, ਮੇਰੇ ਰਾਮ ਹਰ ਜਨ ਕੈ ਹੋਂ ਵਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾਂ ਚਰਨ ਧੂੜ ਮੁਖ ਲਾਈ, ਜਨ ਮਨ ਦੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਨਾਇਣ ਹਰ ਸਿਓ ਲੈਣ ਮਿਲਾਏ। ਸਾਧ ਸਾਈ ਬਾਬਾ ਜੀ ਨੇ ਇਕੱਲਾ ਆ ਪੰਜਾਬ ਹੀ ਨਹੀਂ, ਸਾਧ ਸੰਗ ਜੀ ਇਕੱਲਾ ਹਿੰਦੁਸਤਾਨ ਹੀ ਨਹੀਂ, ਅਮੈਰੀਕਾ, ਇੰਗਲੈਂਡ, ਕਨੇਡਾ, ਫਿਲਪਾਈਨ, ਯੂਰਪ ਕੰਟਰੀਜ, ਅਰਬ ਕੰਟਰੀਜ ਕੀ ਸਾਧ ਸੰਗਤ ਜੀ, ਜਿਸ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੀ ਬੋਲੀ ਵੀ ਸਮਝ ਨਹੀਂ ਨਾ ਆਉਂਦੀ, ਉੱਥੇ ਵੀ ਜਾ ਕੇ ਅਤੇ ਬਾਬਾ ਜੀ ਨੇ ਆਪਣੇ ਆਪ ਨੂੰ ਕਿੰਨਾ ਕੁਛ ਪਾ ਕੇ ਰੱਖਿਆ ਸਾਧ ਸੰਗਤ ਜੀ, ਉਹਨਾਂ ਦੀ ਬਾਬਤ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਸਾਧ ਸੰਗਤ ਜੀ ਨਹੀਂ ਗਿਣਿਆ ਜਾ ਸਕਦਾ ਜਿੰਨੇ ਗਰੀਬ ਨੂੰ ਅੱਜ ਬਾਬਾ ਜੀ ਨੇ ਤਾਰੇ ਨੇ ਆਪ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਅਤੇ ਹੁਣ ਉਹਨਾਂ ਦਾ ਹੀ ਮੌਜੂਦਾ ਨਿੱਜ ਸਰੂਪ ਸੰਗਤ ਦੀ ਸਾਰੀ ਦੀ ਬਾਂਹ ਗਰੀਬ ਨਿਵਾਜ 1994 ਦੇ ਵਿੱਚ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ ਤਿੰਨਾਂ ਨੂੰ ਫੜਾ ਕੇ ਗਏ ਨੇ, ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਬਸ ਦੇਖ ਲਿਆ ਦੀਦਾਰ ਪਵਿੱਤਰ ਜਿਸ ਨੇ ਇਸ ਸਤਿਗੁਰ ਦਾ, ਗੁਰੂ ਨਾਨਕ ਦੇ ਜੋ ਦਰ 'ਤੇ ਆਉਂਦਾ ਅਤੇ ਜਦੋਂ ਬਾਬਾ ਜੀ ਦੇ ਦੀਦਾਰੇ ਕਰਦਾ ਬਸ ਸਾਧ ਸੰਗਤ ਜੀ, ਅਤੇ ਬਾਬਾ ਜੀ ਸੰਗਤਾਂ ਨੂੰ ਉਹੀ ਸਤ ਉਪਦੇਸ਼ ਮਹਾਰਾਜ ਜੀ ਦਰੜਾ ਰਹੇ ਨੇ, ਉਹਨਾਂ ਦੀ ਹੀ ਸੁਮਤ ਦੇ ਅਨੁਸਾਰ ਆ ਜਿਹੜੀ ਪੂਰਨਮਾਸ਼ੀ
ਦਾ ਸਮਾਗਮ ਨਗਰ ਬੁਚਕਰ ਦੀ ਸੰਗਤ ਦੀ ਝੋਲੀ ਵਿੱਚ ਪਾਇਆ ਹੈ ਮਹਾਰਾਜ ਜੀ ਨੇ। ਕੋਟਾਨਕੋਟ ਸ਼ੁਕਰਾਨਾ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉੱਥੇ ਗਰੀਬ ਨਿਵਾਜ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਦਾ, ਸਾਰੀ ਸੰਗਤ ਵੱਲੋਂ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਜੀ ਆਓ, ਅੱਜ ਜਿਹੜੇ ਪਰਸੋਂ ਨੂੰ ਪੂਰਨਮਾਸ਼ੀ ਆ, ਥੋੜ੍ਹੇ ਸਮੇਂ ਬਾਅਦ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਪ੍ਰਾਰੰਭ ਹੋਣੇ ਨੇ। ਇੰਨੀ ਹਾਜ਼ਰੀ ਇੱਥੇ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਦੀ ਸਾਰੀ ਸੰਗਤ ਨਦਾਨ ਜਿਹਾ ਬੱਚਾ ਜਾਣ ਕੇ ਸਾਰੀ ਸੰਗਤ ਨੇ ਖਿਮਾ ਕਰ ਦੇਣਾ। ਇਹ ਸਾਰੀ ਸੰਗਤ ਬਾਬਾ ਜੀ ਦੀ ਹੈ ਅਤੇ ਇਸਨੂੰ ਇਹ ਸਾਧ ਸੰਗਤ ਜੀ ਬਾਬਾ ਜੀ ਤੋਂ ਆਪਾਂ ਬਖਸ਼ੀਸ਼ ਲੈਣ ਦੇ ਲਈ, ਪੁੰਨ ਕਰਮ ਆਪਣੇ ਵਧਾਉਣ ਦੇ ਲਈ, ਬਾਬਾ ਜੀ ਦੇ ਦਰ ਦੇ ਉੱਤੇ ਚਰਨਾਂ ਵਿੱਚ ਨਤਮਸਤਕ ਹੋਣ ਦੇ ਲਈ ਆਏ ਹਾਂ। ਆਓ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।